ਪੰਜਾਬ ਬੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵਾਦੇ ਅੰਜ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਪੰਜਾਬ ਦੇ ਵਿੱਚ ਰੋਡ ਸ਼ੋ ਦਾ ਤੂਫਾਨ ਰਾਘੀਰ ਤੋਂ ਲੈ ਕੇ ਆਮ ਲੋਕਾਂ ਹੋਰੇ ਹਨ ਡਾਡੇ ਪਰੇਸ਼ਾਨ ਨਹੀਂ ਆ ਦੋਸਤੋ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਪੰਜਾਬ ਦੇ ਹਰ ਸਿਆਸੀ 파ਰਟੀ ਨੁੱਕੜ ਮੀਟਿੰਗਾਂ ਕਰਨ ਦੀ ਥਾਂ ਤੇ ਰੋਡ ਸ਼ੋਅ ਕਰਨ ਨੂੰ ਤਰਜੀਹ ਦੇ ਰਹੀ ਆ ਜਦ ਦੇ ਕਾਰਨ ਪੰਜਾਬ ਦੀਆਂ ਸੜਕਾਂ ਤੇ ਰੋਡ ਸ਼ੋਅ ਦਾ ਇਹ ਤੂਫਾਨ ਆਇਆ ਹੋਇਆ ਤੇ ਇਹਨਾਂ ਰੋਡ ਸ਼ੋਅ ਦੇ ਤੂਫਾਨ ਦੇ ਕਾਰਨੀ ਉਹਨਾਂ ਸੜਕਾਂ ਤੋਂ ਨਿਕਲਣ ਵਾਲੇ ਰਾਹਗੀਰਾਂ ਤੋਂ ਲੈ ਕੇ ਆਮ ਲੋਕਾਂ ਆ ਪਰੇਸ਼ਾਨ ਹੁੰਦੇ ਦਿਖਾਈ ਦੇ ਰਹੇ ਹਨ ਹਾਲਾਤ ਇਹੋ ਜੇ ਹਨ ਕਿ ਆਮ ਲੋਕਾਂ ਨੂੰ ਪੰਜਾਬ ਦੀਆਂ ਸੜਕਾਂ ਤੇ ਕਈ-ਕਈ ਘੰਟੇ ਤੱਕ 5 5 ਕਿਲੋਮੀਟਰ ਲੰਬੇ ਜਾਮ ਤੱਕ ਫਸਣਾ ਪੈ ਰਿਹਾ ਲਗਭਗ ਹਰ ਦੂਜੇ ਸ਼ਰਦ ਦੇ ਵਿੱਚ ਇਹੋ ਜਿਹੇ ਹਾਲਾਤ ਇਨਾਂ ਦਿਨਾਂ ਦੇ ਵਿੱਚ ਆ ਦਿਖਾਈ ਦੇ ਰਹੇ ਹਨ ਕਿਉਂਕਿ ਇੱਕ ਇੱਕ ਲੋਕ ਸਭਾ ਸੀਟ ਤੇ ਚਾਰ ਪ੍ਰਮੁੱਖ ਸਿਆਸੀ ਉਮੀਦਵਾਰ ਹੁਣ ਕਰਕੇ ਹਰ ਉਮੀਦਵਾਰੀ ਆਪਣੇ ਹੱਕ ਦੇ ਵਿੱਚ ਰੂਡ ਸ਼ੋ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਜਲੰਧਰ ਨੇੜੇ ਭਿਆਨਕ ਐਕਸੀਡੈਂਟ ਬੱਚੇ ਸਣੇ ਚਾਰ ਲੋਕਾਂ ਦੀ ਮੌਤ ਯਾਹ ਦੋਸਤੋ ਜਲੰਧਰ ਜਲੇਲਬਾਜ ਦਾ ਮਕਸੂਦਾ ਅਧੇਨ ਪੈਂਦੇ ਪਿੰਡ ਰਾਉਵਾਲੀ ਨੇੜੇ ਵਾਪਰਿਆ ਇੱਕ ਭਿਆਨਕ ਛੜਕਾਰ ਸਰਵੇਚਾ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਤੇ ਹਰ ਸਰਵੇਚਾ ਇੱਕ ਬੱਚੇ ਦੀ ਵੀ ਮੌਤ ਦੱਸੀ ਜਾ ਰਹੀ ਹੈ ਤੇ ਇਹ ਹਾਦਸਾ ਸਵੇਰੇ ਕਰੀਬਾ 5:30 ਵਜੇ ਵਾਪਰਿਆ ਹਾਸਲ ਜਾਣਕਾਰੀ ਦੇ ਅਨੁਸਾਰ ਰਾਉਵਾਲੀ ਨੇੜੇ ਵਾਪਰੇ ਇਸ ਵੱਡੇ ਹਰ ਸਰਵੇਚਾ ਅਨੂਬਾ ਗੱਡੀ ਅਤੇ ਕਾਰ ਦੇ ਵਿੱਚਕਾਰ ਭਿਆਨਕ ਟੱਕਰ ਹੋ ਗਈ ਕਾਰ ਦੇ ਵਿੱਚ ਸਵਾਰ ਚਾਰੇ ਵਿਅਕਤੀ ਮਾਤਾ ਬੈਸ਼ਨੂ ਦੇਵੀ ਦੇ ਦਰਬਾਰ ਤੋਂ ਮਾਤਾ ਟੇਕ ਕੇ ਵਾਪਸ ਆਏ ਸੰਨ ਤੇ ਥਾਣਾ ਮਕਸੂਦਾ ਦੇ ਪੁਲਿਸ ਨੇ ਚਾਰਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਪੁਲਿਸ ਅਜਲ ਦੇ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਕਰੇਗੀ ਥਾਣਾ ਮਕਸੂਦਾ ਦੇ ਐਸ ਐਚ ਓ ਵਿਕਰਮ ਸਿੰਘ ਨੇ ਚਾਰਾਂ ਵਿਅਕਤੀਆਂ ਦੇ ਮੌਤੇ ਪੁਸ਼ਟੀ ਕੀਤੇ ਆ ਤੇ ਉਹਨਾਂ ਦਾ ਕਹਿਣਾ ਹੈ ਕਿ ਮਾਰੇ ਗਏ ਸਾਰੇ ਲੋਕਾਂ ਇਕੋ ਪਰਿਵਾਰ ਦੇ ਮੈਂਬਰ ਸੰਨ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਗਿਆਨ ਜਲਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਘੰਟਾਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਸਟੰਟ ਬਾਜੀ ਵਾਲੇ ਬਿਆਨ ਤੇ ਚੰਨੀ ਦੀ ਸਫਾਈ ਕਿਹਾ ਪਿਛਲੀਆਂ ਚੋਣਾਵਾਂ ਵੇਲੇ ਹੋਏ ਹਮਲੇ ਦੀ ਨਹੀਂ ਹੋਈ ਜਾਂਚ। ਜੀ ਹਾਂ ਦੋਸਤੋ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਜੰਮੂ ਕਸ਼ਮੀਰ ਦੇ ਪਹੁੰਚ ਬੈਚਾ ਹਵਾਈ ਫੌਜ ਦੇ ਕਾਫਲੇ ਤੇ ਹੋਏ ਅੱਤਵਾਦੀ ਹਮਲਿਆਂ ਲੈ ਕੇ ਆਪਣੇ ਵਿਵਾਦਿਤ ਬਿਆਨ ਤੇ ਹੁਣ ਸਫਾਈ ਦਿੱਤੀ ਹੈ। ਚੰਨੀ ਦਾ ਕਹਿਣਾ ਕਿ ਮੇਰੇ ਬਿਆਨ ਨੂੰ ਤੋੜ ਤੋੜਾ ਮਰੋੜ ਕੇ ਪੇਸ਼ ਕੀਤਾ ਗਿਆ ਮੇਰਾ ਮਤਲਬ ਕਹਿਣ ਦਾ ਇਹ ਸੀ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਵੀ ਇਜਾਈ ਮਾਮਲਾ ਸਾਹਮਣੇ ਆਇਆ ਸੀ ਭਰ ਭਾਇਪਾ ਦੇ ਬੋਲੋ ਐਦੀ ਜਾਂਚ ਤੱਕ ਨਹੀਂ ਕੀਤੀ ਗਈ ਅਤੇ ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਉਕਤ ਹਮਲੇ ਦੇ ਵਿੱਚ ਕੌਣ-ਕੌਣ ਸ਼ਾਮਲ ਸਨ ਚੰਨੀ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਪਿਛਲੇ ਹਮਲੇ ਬਾਰੇ ਕਿਹਾ ਸੀ ਕਿ ਅਜਿਹੇ ਹਮਲੇ ਦੁਬਾਰਾ ਵੀ ਹੋ ਸਕਦੇ ਹਨ ਪਰ ਸਰਕਾਰ ਨੇ ਉਕਤ ਸ਼ਿਕਾਇਤ ਦੀ ਸਾਰ ਤੱਕ ਨਹੀਂ ਲਈ ਸਨੀਲਾ ਜਾਖੜ ਨੇ ਮੰਗਿਆ ਸੀ ਪੀਐਮ ਦਾ ਅਸਤੀਫਾ ਚੰਨੀ ਦਾ ਕਨਕ ਪੰਜਾਬ ਭਾਇਪਾ ਪ੍ਰਧਾਨ ਸਨੀਲਾ ਜਾਖੜ ਨੇ ਪਿਛਲੇ ਹਮਲੇ ਲੈ ਕੇ ਪੀਐਮ મોદી ਤੋਂ ਅਸਤੀਫਾ ਮੰਗਿਆ ਸੀ ਇਹ ਹਮਲਾ ਇੱਕ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਤੇ ਇਹ ਬਿਆਨ ਜਾਖੜ ਨੇ ਸਟੇਜ ਤੇ ਦਿੱਤਾ ਸੀ ਚੰਨੀ ਦਾ ਕਨਕ ਜਾਖੜ ਦਾ ਕੋਈ ਸਟੈਂਡ ਨਹੀਂ ਹੈ ਚੰਨੀ ਨੇ ਕਹਿ ਕੇ ਜਦੋਂ ਮੇਰੇ ਦੇ ਦੇ ਜ਼ਬਾਨ ਸ਼ਹੀਦਾ ਹੁੰਦੇ ਹਨ ਤਾਂ ਮੈਨੂੰ ਦੁੱਖ ਹੁੰਦਾ ਪਰ ਭਾਇਪਾ ਇਸ ਨੂੰ ਆਪਣਾ ਸਟੰਟ ਬਣਾ ਰਹੀ ਹੈ ਅਗਲੀ ਖਬਰ ਸਕੂਲਾਂ ਨੂੰ ਬੰਬ ਦੇ ਨਾਲ ਅਡਾਉਣ ਦੇ ਧਮਕੇ ਦਿੱਲੀ ਐਨਸੀਆਰ ਤੋਂ ਬਾਅਦ ਅਹਮਦਾਬਾਦ ਦੇ 9 ਸਕੂਲਾਂ ਨੂੰ ਬੰਬ ਦੇ ਨਾਲ ਅਡਾਉਣ ਦੇ ਧਮਕੇ ਮਿਲੇ ਉਸ ਤੋਂ ਬਾਅਦ ਦਾ ਸੋਮਵਾਰ ਸਵੇਰੇ ਉਦਿਆਰਤਾਂ ਅਤੇ ਮਾਪਿਆਂ ਵਿੱਚ دہشت ਫੈਲ ਗਈ ਈਮੇਲ ਮੈਣ ਤੋਂ ਬਾਅਦ ਬੰਬਾਂ ਨਿਰੋਧਾ ਕਾਰਦਾਸਤੇ ਅਤੇ ਪੁਲਿਸ ਅਧਿਕਾਰੀਆਂ ਦੀਆਂ ਟੀਮਾਂ ਨੇ ਸਕੂਲਾਂ ਦੀ ਤਲਾਸ਼ੀ ਲਈ ਹਾਲਾਂਕਿ ਜਾਂਚ ਦੇ ਵਿੱਚ ਕੋਈ ਵੀ ਇਤਰਾਜ਼ਯੋਗ ਨਹੀਂ ਮਿਲਿਆ ਦੱਸਦੇ ਕਿ ਹਾਲ ਹੀ ਦੇ ਵਿੱਚ ਰੂਸੀ ਸਰ버 ਤੋਂ ਦਿੱਲੀ ਦੇ ਸਾਸਕੂਲਾ ਨੂੰ ਈਮੇਲ ਦੇ ਰਾਈ ਬੰਬ ਦੇ ਨਾਲ ਅਡਾਉਂਦੇ ਧਮਕੇ ਮਿਲੇ ਸੀ ਸੁਧੀਰਾ ਸੂਰੀ ਨੂੰ ਮਾਰਨ ਵਾਲਾ ਵੀ ਲੜੇਗਾ ਚੋਣਾਂ ਜੀ ਆਹ ਦੋਸਤੋ ਸੁਧੀਰਾ ਸੂਰੀ ਨੂੰ ਮਾਰਨ ਵਾਲਾ ਵੀ ਲੋਕ ਸਭਾ ਚੋਣਾਂ ਲੜੇਗਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੋਂਦ ਤੋਂ ਬਾਅਦ ਮਾਰੇ ਗਏ ਹਿੰਦੂ ਆਤੇ ਸ਼ਿਵ ਸੇਨਾ ਨੇਤਾ ਸੁਧੀਰਾ ਸੂਰੀ ਦੇ ਹਤਿਆ ਦੇ ਮਲਜਮਾ ਸੰਦੀਪ ਸਿੰਘ ਔਰਫਾ ਸਣੀ ਨੇ ਵੀ ਚੋਣਾਂ ਲੜਨ ਦਾ ਫੈਸਲਾ ਕੀਤਾ ਇਹ ਫੈਸਲਾ ਸਣੀਨਾ ਡੇਵੁਰਗੜ ਜ਼ਿਲ੍ਹੇ ਦੇ ਬੈਚਾ ਬੰਦਾ ਖਾਲਿਸਤਾਨ ਨੂੰ ਸਮਰਥਕ ਅਤੇ ਬਾਰਸ ਪੰਜਾਬ ਦੇ ਮੁਕੇ ਅਮਰਤ ਪਾਲ ਸਿੰਘ ਦੇ ਚੋਣ ਲੜਨ ਤੋਂ ਬਾਅਦ ਲਿਆ ਗਿਆ ਸੰਦੀਪ ਆ ਫਿਲਹਾਲ ਅਮਰਸਰ ਜ਼ਿਲ੍ਹੇ ਦੇ ਬੈਚਾ ਬੰਦਾ ਹੈ ਤੇ ਇਥੋਂ ਉਹ ਚੋਣ ਲੜੇਗਾ ਸੰਦੀਪ ਦੇ ਪਰਿਵਾਰ ਅਤੇ ਸੈਕ ਸੰਗਠਨਾ ਦੇ ਨਾਲ ਹੋਈ ਮੀਟਿੰਗ ਤੋਂ ਬਾਅਦ ਉਹਨਾਂ ਨੇ ਇਹ ਫੈਸਲਾ ਲਿਆ ਹੈ ਐਸਾ ਫੈਸਲੇ ਦੇ ਅਨੁਸਾਰ ਸੰਦੀਪ ਅਮਰਸਰ ਲੋਕ ਸਭਾ ਸੀਟ ਤੋਂ ਆਜ਼ਾਦ ਚੋਣ ਲੜੇਗਾ ਚੋਣਾ ਪ੍ਰਕਿਰਿਆ ਜੇਲ੍ਹ ਤੋਂ ਹੀ ਪੂਰੀ ਹੋਵੇਗੀ ਪਰਵਾਰ ਦਾ ਕਹਿਣਾ ਕਿ ਜੇਕਰ ਡਿਬੁਰਗੜ੍ਹ ਜਿਲ੍ਹੇ ਦੇ ਵਿੱਚ ਰਹਿੰਦੇ ਅਮਰਤਪਾਲ ਚੋਣਾਂ ਲੜ ਸਕਦਾ ਤਾਂ ਸਣੀ ਵੀ ਚੋਣਾਂ ਲੜ ਸਕਦਾ ਹੈ ਅਮਰਤਪਾਲ ਸਿੰਘ ਦੇ ਪਰਿਵਾਰ ਨੇ ਬੀਤੇ ਦਿਨੀ ਅਮਰਸਰ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਦੇ ਨਾਲ ਖੰਡੂਰਾ ਸਹਿਬਾ ਹਲਕੇ ਦੇ ਵਿੱਚ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਮੰਤਰੀ ਦੇ ਨੌਕਰ ਦੇ ਘਰੋਂ ਮਿਲੇ ਕਰੋੜਾ ਰੁਪਏ ਜਿਆਨ ਉਸ ਤੋਂ ਰਾਂਚੇ ਦੇ ਵਿੱਚ ਸੋਮਵਾਰ ਨੂੰ ਈਡੀ ਨੇ 9 ਤੱਕ ਕਾਣਿਆ ਤੇ ਰੜ ਕੀਤੇ ਹਦੇ ਵਿੱਚ ਇੰਜੀਨੀਅਰਾਂ ਤੇ ਨੇਤਾਵਾਂ ਦੇ ਘਰ ਦੇ ਵਿੱਚ ਸ਼ਾਮਲ ਹਨ ਚਾਰਕੰਡ ਸਰਕਾਰ ਦੇ ਮੰਤਰੀ ਆਲਮਗੀਰਾ ਆਲਮ ਦੇ ਨਿਜੀ ਸਕੱਤਰ ਸੰਜੀਵ ਲਾਲ ਨੌਕਰ ਦੇ ਘਰ ਤੋਂ ਲਗਭਗ 25 ਕਰੋੜ ਕੈਸ਼ ਰੁਪਈਆ ਮਿਲਿਆ ਹੈ ਇਹ ਤੇ ਨੋਟਾਂ ਦੀ ਗਿਣਤੀ ਜਾ ਰਹੀਆ ਤੇ ਤੇ ਕੈਸ਼ ਦੇ ਵੱਡੇ ਵੱਡੇ ਬੈਗ ਰੱਖੇ ਹੋਏ ਸੀ ਪੀਏ ਸੰਜੀਵ ਲਾਲ ਦਾ ਨੌਕਰ ਹੈ ਜਹਾਂਗੀਰਾ ਜਹ ਦੇ ਘਰ ਤੋਂ ਇਹ ਕੈਸ਼ ਮਿਲਿਆ ਹੈ ਜਿਹੜੇ ਥਾਂਤੇ ਛਾਪੇਮਾਰੀ ਚੱਲ ਰਹੀ ਆ ਤੇ ਉਹਨਾਂ ਦੇ ਵਿੱਚੋਂ ਦੋ ਇਲਾਕਿਆਂ ਦੇ ਨਾਂ ਸਾਹਮਣੇ ਹਨ ਤੇ ਇਹ ਹੈ ਤਰੁਬਾ ਤੇ ਸੇਲ ਸਿਟੀ ਇਲਾਕਾ ਤੇ ਬੋੜਿਆ ਮੋਹਰਾਬਾਦੀ ਰੋਡ ਐ ਸੂਚਨਾ ਕਿ ਈੜੀ ਅੱਜ ਜਿਨ੍ਹਾਂ ਦੇ ਇਥੇ ਛਾਪੇਮਾਰੀ ਕਾਰਜ ਆ ਤੇ ਉਹਨਾਂ ਸਾਵਦੇਤਾਰ ਚੀਫ ਇੰਜੀਨੀਅਰ ਰਹਿ ਚੁੱਕੇ ਬਰਿੰਦਰ ਆਰਾਮ ਦੇ ਨਾਲ ਜੁੜੇ ਹਨ ਬਰਿੰਦਰ ਆਰਾਮ ਮਾਮਲੇ ਲੈ ਕੇ ਈੜੀ ਨੇ ਕਾਰਵਾਈ ਕੀਤੀ ਰਾਂਚੀ ਦੇ ਸੇਲ ਅਸੇਟੀ ਦੇ ਬੱਚ ਆ ਪਾ ਤਨਰਮਾਨ ਵਿਭਾਗ ਦੇ ਇੰਜੀਨੀਅਰ ਵਿਕਾਸ ਕੁਮਾਰ ਦੇ ਘਰ ਤੇ ਛਾਪੇਮਾਰੀ ਚੱਲ ਰਹੀ ਹੈ। ਅਗਲੀ ਖਬਰ ਸੰਦੀਪ ਨੰਗਲ ਹੱਤਿਆ ਕਾਂਡ ਦਾ ਭਗੌੜਾ ਗ੍ਰফতার ਕਬੱਡੀ ਖਿਡਾਰੀ ਸੰਦੀਪ ਨੰਗਲ ਅੰਮਗਾਂ ਦੀ 14 ਮਾਰਚ 2022 ਨੂੰ ਨਕੋਦਰ ਦੇ ਪਿੰਡ ਮੱਲੀਆਂ ਵਿਖੇ ਪੰਜ ਹਮਲਾਵਰਾਂ ਨੇ ਮੈਚ ਦੇ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੇ ਸੀ ਹੁਣ ਇਸ ਕਤਲ ਦੇ ਵਿੱਚ ਸ਼ਾਮਲ ਗੈਂਗਸਟਰ ਨੂੰ ਜਲੰਧਰ ਪੁਲਿਸ ਨੇ ਅਮਰਸਰ ਨੇੜੇੋਂ ਗ੍ਰਫਤਾਰ ਕਰ ਲਿਆ ਹੈ ਮਾਰਚ 2022 ਦੇ ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਪਨੰਗਲ ਅੰਮਗਾ ਦੇ ਕਤਲ ਦੇ ਵਿੱਚ ਸ਼ਾਮਲ ਗੈਂਗਸਟਰ ਨੂੰ ਜਲੰਧਰ ਪੁਲਿਸ ਨੇ ਅਮਰਸਰ ਨੇੜੇੋਂ ਗ੍ਰਫਤਾਰ ਕੀਤਾ ਸੀ ਮੁਲਜ਼ਮ ਦੀ ਪਛਾਣ ਸੁਵਰਨਦੀਪ ਸਿੰਘ ਵਾਸੀ 골ਡਨ ਗੇਟ ਆਪ੍ਰੀਤਮਾ ਇਨਕਲੇਵ ਅਮਰਸਰ ਵਜੋਂ ਇਹ ਸੰਦੀਪ ਦੇ ਕਤਲ ਤੋਂ ਬਾਅਦ ਮੁਲਜ਼ਮ ਫਰਾਰ ਸੀ ਕਤਲ ਦੇ 6 ਮਹੀਨੇ ਬਾਅਦ ਅਦਾਲਤ ਨੇ ਉਸ ਨੂੰ ਭਗੌੜਾ ਐਲਾਨ ਦਿੱਤਾ ਸੀ ਤੇਜਾ بارش ਅਤੇ ਗੜੇ ਮਾਰੀ ਦਾ ਅਲਰਟ ਸਰਕਾਰ ਨੇ ਦੋ ਦਿਨ ਸਕੂਲਾਂ ਬੰਦ ਰੱਖਣ ਦਾ ਲਿਆ ਫੈਸਲਾ ਮੌਸਮਾਂ ਬਦਲਣ ਦੇ ਦੇ ਕਈ ਸੁਭਨ ਵੈਚਾ ਤੇਜਾ بارش ਅਤੇ ਤੂਫਾਨ ਦਾ ਅਲਰਟ ਜਾਰੀ ਕੀਤਾ ਤੇ ਇਸ ਨੂੰ ਮੱਦੇ ਨਜ਼ਰ ਰੱਖਦੇ ਮਣੀਪੁਰ ਦੇ ਵਿੱਚ ਸਕੂਲਾਂ ਅਤੇ ਕਾਲਜਾਂ ਪਹਿਲੇ ਹਾਲ ਬੰਦ ਰਹਿਣਗੇ ਖਰਾਬ ਮੌਸਮ ਦੇ ਕਾਰਨ ਮਣੀਪੁਰ ਦੇ ਸਾਰੇ ਸਕੂਲ ਅਤੇ ਕਾਲਜ 7 ਮਈ ਤੱਕ ਬੰਦ ਰਹਿਣਗੇ ਸਵੇਰ ਸਰਕਾਰ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ ਇੱਕ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਰਾਜਪੜ ਦੇ ਵਿੱਚ ਆ ਭਾਰੀ ਮੀਂਹ ਤੇ ਗੜੇਮਾਰੀ ਦੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਿਆ ਤੇ ਦੋ ਜ਼ਖਮੀ ਹੋ ਗਏ ਅਤੇ ਇਸ ਕਾਰਨ 임ਫਾਲ ਪਛਮੀ ਜ਼ਿਲ੍ਹੇ ਦੇ ਕਾਂਚੀਪੁਰਾ ਤੇ ਤੇਰਾ ਤੇ ਥੋਬਲਾ ਜ਼ਿਲ੍ਹੇ ਦੇ ਵਿੱਚ ਆ ਰਾਜ ਦੇ ਬੱਕ ਬੱਕ ਹਿੱਸੇਨ ਵਿੱਚ ਆ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਸਿਕਿਆ ਡਾਇਰੈਕਟੋਰੇਟ ਨੇ ਐਤਵਾਰ ਦੇ ਰਾਤ ਇੱਕ ਹੁਕਮ ਜਾਰੀ ਕਰਦਾ ਕਿ ਅੱਜ ਐਤਵਾਰ ਗੜੇਮਾਰੀ ਦੇ ਕਾਰਨ ਸਵੇਰ ਭਾਰ ਦੇ ਵਿੱਚ ਆ ਕਈ ਘਰਾਂ ਅਤੇ ਅਧਾਰਾ ਨੂੰ ਪਾਰੇ ਨੁਕਸਾਨ ਪੁੱਜਾ ਅਤੇ ਭਵਿਕਰ ਵਿੱਚ ਵੀ ਇਸ ਤਰ੍ਹਾਂ ਦੇ ਹਾਲਾਤ ਬਣ ਦੀ ਸਮਾਉਣਾ ਤੇ ਉਹਨਾਂ ਦਾ ਕਹਿਣਾ ਕਿ ਬੱਚਿਆਂ ਦੇ ਸੁਰੱਖਿਆ ਨੂੰ ਮੱਕ ਰੱਖਦੇ ਆ। ਸਵੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ 6 ਅਤੇ 7 ਮਈ ਨੂੰ ਬੰਦ ਰਹਿਣਗੇ। ਲੀਡਰਾਂ ਨੇ ਲਾਇਆ ਪੱਟਾ ਨੂੰ ਤੇਲ 7 ਮਈ ਨੂੰ ਸ਼ੁਰੂ ਹੋ ਰਹੀਆਂ ਨੇ ਨਾਮਜ਼ਦੀਆਂ। ਜਿਵੇਂ ਦੋਸਤੋ ਪੰਜਾਬ ਦੇ ਬੈਚ ਲੋਕ ਸਭਾ ਚੋਣਾਂ 2024 ਦੇ ਲਈ ਨਾਮਜ਼ਦੀਆਂ ਦੀ ਸ਼ੁਰੂਆਤ 7 ਮਈ ਤੋਂ ਹੋ ਰਹੀਆਂ ਤੇ ਇਹਨਾਂ ਚੋਣਾਂ ਨੂੰ ਸ਼ਾਂਤੀਪੂਰਵਕ ਨਰਪਾਕਾ ਤੇ ਪਾਰਦਰਸ਼ੀ ਤਰੀਕੇ ਦੇ ਨਾਲ ਨਿਪਰੇ ਚਾੜਨ ਦੇ ਲਈ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੀਆਂ 13 ਸੀਟਾਂ ਦੇ ਲਈ ਜਨਰਲ ਅਤੇ ਪੁਲਿਸ ਆਭਜਰਬਰਾਂ ਦੀ ਨਿਯੁਕਤੀ ਕਰ ਦਿੱਤੀ ਹੈ ਤੇ ਇਹ ਸਾਰੇ ਅਧਿਕਾਰੀ 14 ਮਈ ਤੋਂ ਆਪਣੀ ਡਿਊਟੀ ਸੰਭਾਲ ਲੈਣਗੇ ਇਸ ਬਾਬਤ ਜਾਣਕਾਰ ਦਿੰਦਿਆ ਪੰਜਾਬ ਦੇ ਮੌੱਖ ਚੋਣ ਅਧਿਕਾਰੀ ਸਿਬਨ ਸੀਨ ਦੱਸਾ ਕੇ ਬਾਕ-ਬਾਕ ਸਵੇਰਾਂ ਦੇ 13 ਆਈਏਐਸ ਅਧਿਕਾਰੀਆਂ ਨੂੰ ਜਨਰਲ ਅਬਜ਼ਰਬਾਰ ਲਾਇਗ ਹੈ ਜਦ ਕੇ 7 ਆਈਪੀਐਸ ਅਧਿਕਾਰਗਣ ਪੁਲਿਸ ਅਬਜ਼ਰਬਾਰ ਨਿਯੁਗਤ ਕੀਤਾ ਗਿਆ ਤੇ ਇਹ ਸਾਰੇ ਅਧਿਕਾਰੀ ਚੋਣਾਂ ਦੇ ਦੌਰਾਨ ਭਾਰਤੀ ਚੋਣ ਕਮਿਸ਼ਨ ਦੀਆਂ ਚੋਣ ਜਾਬਤੇ ਦੇ ਸਬੰਧੇ ਨਿਯਮਾਂ ਤੇ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਲਈ ਆਪਣੀ ਡਿਊਟੀ ਨਿਭਾਉਣਗੇ ਉਧਰ ਇਹ ਵੀ ਖਬਰ ਸਾਹਮਣੇ ਆ ਰਹੀ ਆ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜਲਦੀ ਨੋਟੀਫਿਕੇਸ਼ਨ ਯਾਨੀ ਕਿ ਤਰੀਕਾ ਦਾ ਐਲਾਨ ਕੀਤਾ ਜਾਵੇਗਾ ਹਫਤੇ ਦੇ ਪਹਿਲੇ ਦਿਨ ਸੋਨੇ ਦੇ ਭਾਅ ਨੂੰ ਲੱਗੇ ਅੱਗ ਜਾਨੋ ਅੱਜ ਦੇ ਭਾਅ ਹਫਤੇ ਦੇ ਪਹਿਲੇ ਦਿਨ ਜਾਨੀ ਕਿ ਸੋਮਵਾਰ ਨੂੰ ਇੱਕ ਵਾਰ ਫਿਰ ਤੋਂ ਸੋਨੇ ਨਾ ਕੀਮਤ ਰੇਤ ਜਾਂ ਵਾਅਦਾ ਦੇਖਣ ਨੂੰ ਮਿਲ ਰਿਹਾ ਵਾਅਦਾ ਬਾਜ਼ਾਰ ਦੇ ਵਿੱਚ ਸੋਨਾ 3500 ਰੁਪਏ ਮਹਿੰਗਾ ਹੋ ਕੇ 71000 ਰੁਪਏ ਪ੍ਰਤੀ 10 ਗ੍ਰਾਮ ਤੋਂ ਉੱਪਰ ਪਹੁੰਚ ਗਿਆ ਚਾਂਦੀ ਦੀ ਕੀਮਤ ਵਿੱਚ ਅੱਜ ਜਬਰਦਸਤ ਵਾਅਦਾ ਹੋਇਆ ਤੇ ਇਹ 1100 ਰੁਪਏ ਮਹਿੰਗਾ ਹੋ ਕੇ 82000 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਉੱਪਰ ਪਹੁੰਚ ਗਿਆ ਸੋਨੇ ਦੇ ਚਮਕ ਵਿੱਚ ਜਬਰਦਸਤ ਵਾਦਾ